ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਆਪਣਾ ਬਜਟ ਜਿਹੜਾ ਹੈ ਉਹ ਪੇਸ਼ ਕਰ ਦਿੱਤਾ ਹੈ। ਸਾਡੇ ਨਾਲ ਡਿਪਟੀ ਲੀਡਰ ਆਫ ਓਪੋਜੀਸ਼ਨ ਸਰਬਜੀਤ ਕੌਰ ਮਾਨੁਕੇ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਬਜਟ ਬਾਰੇ ਉਹਨਾਂ ਦਾ ਕੀ ਵਿਊ ਹੈ, ਫਸਟ ਰਿਐਕਸ਼ਨ ਕੀ ਹੈ। ਮੈਡਮ, ਤੁਹਾਡਾ ਫਸਟ ਰਿਐਕਸ਼ਨ ਕੀ ਹੈ? ਇਹ ਜਿਹੜਾ ਬਜਟ ਹੈ ਦਲਿਤ ਵਿਰੋਧੀ, ਮੁਲਾਜ਼ਮ ਵਿਰੋਧੀ, ਮਹਿਲਾ ਵਿਰੋਧੀ ਅਤੇ ਜਿਹੜੇ ਸੈਕਿੰਡ ਕਲਾਸ, ਥਰਡ ਕਲਾਸ, ਫੋਰਥ ਕਲਾਸ ਆ ਉਹਨਾਂ ਦੇ ਹੱਕ 'ਚ ਕੁਛ ਨਹੀਂ ਹੈ। ਠੀਕ ਹੈ, ਇਹਨਾਂ ਨੇ ਕਿਹਾ, ਦੇਖੋ ਸਭ ਤੋਂ ਵੱਡਾ ਮਜ਼ਾਕ ਇਹਨਾਂ ਨੇ ਔਰਤਾਂ ਨਾਲ ਕੀਤਾ। ਉਹ ਤਿੰਨ ਸਕੀਮਾਂ ਲੈ ਕੇ ਆਏ, ਮਾਤਾ ਤ੍ਰਿਪਤਾ ਮਹਿਲਾ ਯੋਜਨਾ, ਕਸਤੂਰਬਾ ਗਾਂਧੀ ਮਹਿਲਾ ਯੋਜਨਾ ਅਤੇ ਅਪਾਹਜ ਵਿਅਕਤੀਆਂ ਦੀ ਭਲਾਈ ਯੋਜਨਾ, ਫਿਰ ਇਸਤਰੀ ਅਧਿਕਾਰਤ ਯੋਜਨਾ। ਤਿੰਨਾਂ ਯੋਜਨਾਵਾਂ ਨੂੰ ਲੈ ਕੇ ਚੰਗੀ ਗੱਲ ਆ, ਪਰ ਇੱਕ ਸਿੰਗਲ ਰੁਪਈਆ ਨਹੀਂ ਰੱਖਿਆ। ਕੋਈ ਵੀ ਯੋਜਨਾ ਇਕੱਲੇ ਨਾਮ ਨਾਲ ਚੱਲ ਸਕਦੀ ਹੈ, ਪੈਸਾ ਕੁਛ ਨਹੀਂ ਰੱਖਿਆ। ਫਿਰ ਜਿਹੜੀ ਗੱਲ ਤੁਹਾਨੂੰ ਮੈਂ ਕਹਿ ਰਹੀ ਹਾਂ, ਇਹਨਾਂ ਨੇ RDF ਘਟਾਤਾ 1%। ਠੀਕ ਹੈ, ਘਟਾਤਾ ਘਟਣਾ ਵੀ ਚਾਹੀਦਾ, ਅਸੀਂ ਸਵਾਗਤ ਕਰਦੇ ਹਾਂ, ਪਰ ਜਿਹੜੀ ਸਟੈਂਪ ਡਿਊਟੀ ਇੰਨੀ ਵਧਾਤੀ ਉਹਦੀ ਵੀ ਤਾਂ ਗੱਲ ਕਰਨ, ਦੋ ਚਾਰ ਦਿਨ ਪਹਿਲਾਂ। ਫਿਰ ਇਹ ਕਹਿੰਦੇ ਆ ਵੀ ਮੁਲਾਜ਼ਮ ਦਾ ਜਿਹੜਾ 22% ਤੋਂ ਘਟਾ ਕੇ DA 6% ਕਰਤਾ, ਹੁਣ ਤੱਕ ਤਾਂ ਲਾਰਾ ਲਾਈ ਜਾਂਦੇ ਹਾਂ ਵੀ ਅਸੀਂ ਬਜਟ ਆਉਣ ਤੋਂ ਤੁਹਾਨੂੰ ਪੂਰਾ ਦੇਵਾਂਗੇ। ਹੁਣ ਉਹ ਵਿਚਾਰੇ ਕੀ ਕਰਨ ਤੁਹਾਡੇ, ਵੀ ਉਹਨਾਂ ਨੇ ਆਪਣੀ ਕੋਈ ਪਲੈਨਿੰਗ ਕੀਤੀ ਹੁੰਦੀ ਆ, ਕੋਈ ਕਿਤੇ ਵੀ ਮਜ਼ਦੂਰਾਂ ਦੇ ਕਰਜ਼ੇ, ਮੈਂ ਆਪਦੀ ਗੱਲ ਨਹੀਂ। ਅੱਛਾ, ਇੱਕ ਸਭ ਤੋਂ ਕੋਝਾ ਮਜ਼ਾਕ ਜਿਹੜਾ ਥੋੜ੍ਹੇ ਦਿਨ ਪਹਿਲਾਂ ਕੈਪਟਨ ਸਾਹਿਬ ਕਰਕੇ ਗਏ ਸੀ, ਅੱਜ ਮਨਪ੍ਰੀਤ ਬਾਦਲ ਜੀ ਕਰਕੇ, 3 ਸਾਲ ਤੋਂ ਕੈਪਟਨ ਸਾਹਿਬ ਕਹਿ ਰਹੇ ਆ ਵੀ ਸਮਾਰਟਫੋਨ ਦੇਵਾਂਗੇ, ਉਦੋਂ ਬਜਟ ਨਹੀਂ ਸੀ ਰੱਖਦੇ। ਹੁਣ ਕੈਪਟਨ ਸਾਹਿਬ ਕਹਿੰਦੇ ਵੀ ਕਰੋਨਾ ਵਾਇਰਸ ਕਰਕੇ ਸਮਾਰਟਫੋਨ ਨਹੀਂ ਦਿੱਤਾ, ਹੁਣ ਬਜਟ ਰੱਖ ਲਿਆ। ਕਿਸ ਚੀਜ਼ ਦਾ ਮਜ਼ਾਕ ਹੈ? ਦੋਨਾਂ ਚੁੱਕੇ ਨੂੰ ਸਹੀ ਸਮਝ ਕੇ ਸਮਝ ਨਹੀਂ ਆ ਰਿਹਾ, ਲੋਕ ਵੀ ਭਰਮ ਭੁਲੇਖੇ 'ਚ ਆ। ਇਹਦੇ ਵਿੱਚ ਇਹ ਬਜਟ ਆ ਜਿਹੜਾ ਸਭ ਤੋਂ ਵੱਡਾ ਮਜ਼ਾਕ ਕੀਤਾ, ਬੁਢਾਪਾ ਪੈਨਸ਼ਨ ਦਾ ਕੋਈ ਨਹੀਂ ਵਾਧਾ, ਅੰਗਹੀਣਾਂ ਦੇ ਵਿੱਚ ਕੋ ਕੁਛ ਨਹੀਂ, ਪੈਨਸ਼ਨ 'ਚ ਵਾਧਾ। ਇਹ ਬਜਟ ਲੈ ਕੇ ਤਾਂ ਆਏ ਆ ਮਨਪ੍ਰੀਤ ਬਾਦਲ ਜੀ, ਪਰ ਨਾਲ ਦੀ ਨਾਲ 68,000 ਕਰੋੜ ਦਾ ਪੰਜਾਬੀਆਂ ਦੇ ਸਿਰ 'ਤੇ ਕਰਜ਼ਾ ਵੀ ਦੇ ਕੇ ਨਵਾਂ। ਅਤੇ ਮੈਨੂੰ ਤਾਂ ਇਹ ਬਜਟ ਤਾਂ ਸਾਡੇ ਮੁਲਾਜ਼ਮ ਵਿਰੋਧੀ, ਔਰਤ ਵਿਰੋਧੀ, ਜਿਹਦਾ ਮਰਜ਼ੀ ਕਹੀਏ, ਉਹਨਾਂ ਦੇ ਕਿਸੇ ਹੱਕ 'ਚ ਕੁਛ ਹੈ ਹੀ ਨਹੀਂ। ਤੁਸੀਂ ਸਿਰਫ ਇਸ ਕਰਕੇ ਤਾਂ ਨਹੀਂ ਇਸਦਾ ਵਿਰੋਧ ਕਰ ਰਹੇ ਵੀ ਤੁਸੀਂ ਵਿਰੋਧੀ ਪਾਰਟੀ 'ਚੋਂ, ਤੁਸੀਂ ਵਿਪਕਸ਼ 'ਚੋਂ, ਇਸ ਕਰਕੇ ਤਾਂ ਨਹੀਂ ਤੁਸੀਂ ਵਿਰੋਧ ਕਰ ਰਹੇ? ਮੈਂ ਬਜਟ 'ਚ ਤੁਹਾਨੂੰ ਕੋਈ ਵੀ ਇਹੋ ਜਿਹੀ ਚੀਜ਼ ਨਜ਼ਰ ਨਹੀਂ ਆਈ ਜਿਹੜੀ ਕਿ ਤੁਹਾਨੂੰ ਲੱਗਦਾ ਵੀ ਇਹ ਠੀਕ ਹੈ? ਮੈਂ RDF ਦੀ ਸਵਾਗਤ ਕੀਤਾ, ਮੈਂ RDF ਦੀ ਪਹਿਲਾਂ ਤੁਹਾਨੂੰ ਗੱਲ ਕੀਤੀ ਹੈ ਵੀ ਸਵਾਗਤ ਕੀਤਾ। ਚਲੋ, ਸਿੱਖਿਆ ਦਾ ਬਜਟ ਸਾਡੇ ਦਿੱਲੀ ਦੇ ਵਿੱਚ 26% ਹੈ, ਇੱਥੇ 8% ਕੀਤਾ, ਮੈਂ ਉਹਦਾ ਵੀ ਸਵਾਗਤ ਕਰਦੀ ਹਾਂ, ਪਰ ਜੇ ਖਰਚਣਗੇ ਤਾਂ। ਦੂਸਰੀ ਗੱਲ ਜਿਹੜੀ ਤੁਸੀਂ ਵਿਰੋਧੀ ਧਿਰ ਦੀ ਗੱਲ ਕੀਤੀ, ਸਾਡੀ ਪੰਜਾਬ ਦੇ ਲੋਕਾਂ ਨੇ ਡਿਊਟੀ ਲਾਈ ਆ ਵੀ ਜੇ ਬਿਜਲੀ ਦਾ ਬਿੱਲ 18 ਵਾਰੀ ਵਧਾ ਕੇ ਅੰਦਰ ਜਾ ਕੇ ਕਹਿ ਦਿੰਦੇ ਵੀ ਸਾਡਾ ਤਾਂ ਬਿਜਲੀ ਦਾ ਬਜਟ ਹੀ ਵੱਧ ਗਿਆ, ਅਤੇ ਲੋਕਾਂ ਦਾ ਬਿੱਲ ਕਿਉਂ ਵਧਾ ਰਹੇ ਹੋ? ਸਾਡਾ ਫਰਜ਼ ਬਣਦਾ ਇਸ ਚੀਜ਼ਾਂ ਨੂੰ ਬੋਲਣ ਦਾ। ਹਾਂ, ਜਿੱਥੇ ਜਿੱਥੇ ਉਹ ਚੰਗਾ ਕੰਮ ਕਰਨਗੇ ਅਸੀਂ ਸਵਾਗਤ ਕਰਦੇ ਹਾਂ। ਅਤੇ ਹੋਰ ਕੋਈ ਬਜਟ 'ਚ ਹੋਰ ਕੋਈ ਇਹੋ ਜਿਹੀਆਂ ਗੱਲਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਵੀ ਇਹ ਠੀਕ ਕੀਤੀਆਂ ਉਹਨਾਂ ਨੇ ਔਰ ਇਹ ਲੋਕਾਂ ਦੇ ਫਾਇਦੇ 'ਚ ਜਾਣਗੀਆਂ? ਮੈਨੂੰ ਇਹ ਦੱਸੋ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੁੱਛ ਲੈਂਦੀ ਹਾਂ ਵੀ ਇੱਕ ਮੁਲਾਜ਼ਮ ਨੂੰ ਕਹਿੰਦੀ ਹਾਂ, ਭਾਈ ਤੁਸੀਂ ਇੰਨੀ ਦੇਰ ਦੀ ਇੱਛਾ ਰੱਖ ਰਹੇ ਸੀ, ਤੁਹਾਨੂੰ DA ਮਿਲੇ, TA DA ਮਿਲੇਗਾ, ਉਹਨੇ 22% ਤੋਂ ਘਟਾ ਕੇ 6% ਕਰਤਾ, ਮੈਂ ਖੁਸ਼ ਹੋਵਾਂ ਕਰੋਵਾਂ? ਮੈਂ ਤੁਹਾਡੇ ਰਾਹੀਂ ਪੁੱਛ ਲੈਂਦੀ ਹਾਂ, ਹੋਰ ਤਾਂ ਕੁਛ ਨਹੀਂ ਜੀ। ਥੈਂਕ ਯੂ। ਇਹ ਸੀਗੇ ਮਾਨੁਕੇ ਜੀ, ਜਿਨ੍ਹਾਂ ਦਾ ਮੰਨਣਾ ਹੈ ਕਿ ਜਿਹੜਾ ਇਹ ਬਜਟ ਹੈ ਇਹ ਮਜ਼ਦੂਰ, ਕਿਸਾਨ, ਕਰਮਚਾਰੀ ਸਭ ਦੇ ਵਿਰੁੱਧ ਹੈ ਔਰ ਕਿਸੇ ਵੀ ਵਰਗ ਨੂੰ ਖੁਸ਼ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਔਰ ਉਹਨਾਂ ਨੇ ਤਾਂ ਇਹ ਜਿਹੜਾ ਬਜਟ ਹੈ ਠੰਡੇ ਬਸਤੇ 'ਚ ਇੱਕ ਤਰ੍ਹਾਂ ਡਾਲ ਦਿੱਤਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਦੈਨਿਕ ਸਵੇਰਾ TV ਲਈ ਚੰਡੀਗੜ੍ਹ ਤੋਂ। ਆਲ ਵਰਲਡ ਓਪਨ ਚੈਲੰਜ 17-time ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾਂ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ ਮੀਆਂ ਰਫੀਕ ਮੁਹੰਮਦ, ਮੋਬਾਈਲ 84374 94 648, 84374 94 648।